ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜਿਹੜੇ ਬਚੇ ਹੋਏ ਨਿੰਬੂ ਦਾ ਖਿਲੜਾ ਨੂੰ ਕਿਵੇਂ ਇੱਕ ਜੂਸ ਕੀਤਾ ਜਾ ਸਕਦਾ ਜਿਵੇਂ ਕਿ ਆਪਾਂ ਇਹ ਜਿਹੜੇ ਨਿੰਬੂ ਨਚੋੜੇ ਸੀਗੇ ਇਹਨਾਂ ਤੋਂ ਆਪਾਂ ਨੇ ਖੰਡ ਵਿੱਚ ਪਾ ਕੇ ਵੀ ਕਿਸੇ ਟਾਈਪ ਆਪਸ ਕਾਂਜੀ ਬਣਾ ਸਕਦੇ ਸੀ ਕਿ ਉਹ ਪਾਊਡਰ ਤਿਆਰ ਕਰਨਾ ਬਚੇ ਹੋਏ ਆਪਾਂ ਜਿਹੜਾ ਛਿਲਕਾ ਵਾ ਇਹਨੂੰ ਆਪਾਂ ਸਿੱਟਣਾ ਨਹੀਂ ਇਹਨੂੰ ਆਪਾਂ ਵਾਲ ਕੇ ਭੰਡ ਧੋਣ ਲਈ ਆਪਾਂ ਬਣਾਵਾਂਗੇ ਅਲੋ ਜਿਹੜਾ ਆਪਾਂ ਇਹਦੇ ਵਿੱਚ ਬਚੇ ਹੋਏ ਜਿੰਨਾ ਸੀਗਾ ਛਿਲਕਾ ਪਾਤਰ ਹੁਣ ਆਪਾਂ ਇਹਦੇ ਵਿੱਚ 1 ਲੀਟਰ ਪਾਣੀ ਪਾ ਦਵਾਂਗੇ ਆਪਾਂ ਨੇ 1 ਲੀਟਰ ਪਾਣੀ ਪਾ ਲਈ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਉਬਾਲਣਾ ਤਾਂ ਜੋ ਇਹ ਸਾਰਾ ਵਿੱਚ ਜਿਹੜਾ ਜਸਾ ਮਾਲਾ ਮੋਟਾ ਰਹਿ ਜਾਊਗਾ ਉਹ ਸਾਰਾ ਇਹਦੇ ਵਿੱਚ ਘੁਲ ਜਵੇ ਜਦੋਂ ਇਹ ਉਬਾਲਾ ਆਊਗਾ ਫਿਰ ਆਪਾਂ ਇਹਦੇ ਵਿੱਚ ਨਮਕ ਪਾ ਦਵਾਂਗੇ ਇਹ ਬਹੁਤ ਹੀ ਵਧੀਆ ਜਿਵੇਂ ਕਿ ਭਾਂਡੇ ਧੋਣੇ ਆ ਤਾਂ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਨਾਲੇ ਆਪਣੇ ਜੇ ਛਿਲਕਾ ਆਪਣੇ ਇਹ ਕੰਮ ਆ ਸਕਦਾ ਵਾ ਹੁਣ ਆਪਾਂ ਇਹਨੂੰ ਕੰਮ ਲੈ ਤਵਾ ਫਿਰ ਆਪਾਂ ਇਹਨੂੰ ਸਿੱਟਣਾ ਹੱਜੇ ਨੇ ਆਪਾ ਚਟਨਾ ਹੁਣ ਇਹਦਾ ਪੂਰਾ ਆਪਾਂ ਨਿਚੋੜ ਲੈਣਾ ਹਾਂਜੀ ਹੁਣ ਆਪਾਂ ਇਹਦੇ ਵਿੱਚ 2 ਚਮਚ ਨਮਕ ਦੇ ਪਾ ਦਾਂਗੇ 1 ਚਮਚ ਆਪਾਂ ਨੇ ਮਿੱਠਾ ਸੋਡਾ ਜਿਹੜਾ ਆਪਾਂ ਭਾਰਤ ਦੀਆਂ हां जी ਹੁਣ ਆਪਾਂ ਇਹ ਆਪਾਂਗੇ ਬਹੁਤ ਵਧੀਆ ਜਿਵੇਂ ਆਪਾਂ ਘਰੇ ਤਿਆਰ ਕਰ ਸਕਦੇ ਆ ਇਹਦੇ ਵਿੱਚ ਆਪਾਂ ਇੱਕ ਚਮਚ ਆਪਾਂ ਨੇ ਇਹਦੇ ਵਿੱਚ ਚਾਹੇ ਤੁਸੀਂ ਸਲਫ ਪਾ ਲਓ ਜਾਂ ਤੁਹਾੜ ਕੋ ਕੋਈ ਵੀ ਆਪਾਂ ਹੁੰਦਾ ਵਾ ਡਿਟਰਜੈਂਟ ਆਪਾਂ ਲਿੱਤਾ ਹੁੰਦਾ ਢੋਣ ਲਈ ਥੋੜੇ ਆਪਾਂ ਇਹਦੇ ਵਿੱਚ ਪਾਉਣਾ ਵਾ ਇੱਕ ਚਮਚ ਆਪਾਂ ਨੇ ਇੱਧਰ ਦੇਸ਼ਵਾ ਦਾ ਪਾਲਾ ਜਿਹੜਾ ਆਪਣੇ ਪਹਿਲਾਂ ਤਿਆਰ ਕੀਤਾ ਸੀ ਹੁਣ ਆਪਣਾ ਇਹ ਵੀ ਆਪ ਦਾ ਘਰ ਦਾ ਬਣਿਆ ਪੂਰੀ ਚੰਗੀ ਤਰ੍ਹਾਂ ਵਧੀਆ ਇਹ ਬਣ ਜਾਊਗਾ ਲੋ ਜੀ ਐਂਡ ਰਿਚਾ ਕੁ ਵੀ ਦੀਆ ਜਿਵੇਂ ਕਿ ਆਪ ਅਸੀਂ ਇਸੇ ਸਾਫ਼ ਕਰਦੇ ਆ ਜਾਂ ਆਪਣੇ ਪਿੱਤਲ ਦੇ ਬਰਤਨ ਹੁੰਦੇ ਆ ਉਹ ਥੋੜੀ ਘਟਿਆਸ ਨਾਲ ਬਹੁਤ ਛੇਤੀ ਸਾਫ਼ ਹੋ ਜਾਂਦੇ ਆ ਜਿਵੇਂ ਕੋਈ ਆਪਣੇ ਕੋਈ 골ਡ ਦੀ ਚੀਜ਼ ਹੁੰਦੀ ਆ ਉਹ ਸਾਫ਼ ਕਰਨੀ ਆ ਉਹ ਵੀ ਬਹੁਤ ਵਧੀਆ ਸਾਫ਼ ਹੋ ਜਾਂਦੀ ਆ ਨਾਲ ਜਿਵੇਂ ਜਦ ਪੂਰੀ ਚੰਗੀ ਤਰ੍ਹਾਂ ਠੰਡਾ ਹੋ ਜਾਊਗਾ ਫਿਰ ਆਪਾਂ ਕਿਸੇ ਵੀ ਬੋਤਲ ਵਿੱਚ ਪਾ ਕੇ ਇਹਨੂੰ ਆਪਾਂ ਭਾਂਡੇ ਤੇ ਲਈ ਧੋਲੇ ਜੂਸ ਕਰ ਸਕਦੇ ਹਾਂ ਠੀਕ ਹੈ ਹੁਣ ਜਿਵੇਂ ਕਿ ਆਪਾਂ ਨੇ ਕਈ ਵਾਰ ਆਪਣਾ 골ਡ ਸਾਫ਼ ਕਰਨਾ ਹੁੰਦਾ ਤਾਂ ਤੁਸੀਂ ਇਦਾਂ ਇਹ ਚ ਪਾ ਕੇ ਸਟ੍ਰੈਕ ਕਰ ਦਿਓ ਇਦਾਂ ਹੁਣ ਆਪਾਂ ਨੂੰ ਬਰਸ਼ ਦੇ ਨਾਲ ਲੈ ਕੇ ਇਦਾਂ ਸਾਫ਼ ਕਰ ਲਵਾਂਗੇ ਬਹੁਤ ਵਧੀਆ ਇਹ ਸਾਫ਼ ਹੋ ਜਾਂਦਾ ਵਾ 골ਡ ਆਪਣਾ ਚਮਕਦਾ ਚਮਕਦਾ ਹੋ ਜਾਂਦਾ ਇਹ ਮੇਰੇ ਕਈ ਵਾਰ ਆਪਣੇ ਮੈਲ ਜੀ ਫਸ ਜਾਂਦੀ ਹੁੰਦੀ ਹੈ ਇਹਦੇ ਵਿੱਚ ਚੈਨਾ ਦੇ ਵਿੱਚ ਕਾਲੀ ਕਾਲੀਆਂ ਲੱਗਣ ਲੱਗ ਜਾਂਦੀਆਂ ਨੇ ਐਦਾਂ ਤੁਸੀਂ ਇਹਨਾਂ ਧੋਮੋਗੇ ਨਾ ਬਹੁਤ ਵਧੀਆ ਐ ਨਿਖਰ ਜਾਂਦੀਆਂ ਨੇ ਚਮਕ ਜਾਂਦੀਆਂ ਨੇ ਬਿਲਕੁਲ ਕਿਉਂਕਿ ਜਿਹੜੀ ਇਹ ਖਟਿਆਕ ਹੁੰਦੀ ਹੈ ਸਾਰੇ ਇਹਨਾਂ ਚਮਕਾ ਦਿੰਦੀ ਆ ਐਦਾਂ ਹੀ ਆਪਾਂ ਇਹਨਾਂ ਟਾਪਸਨ ਨੂੰ ਐਦਾਂ ਸਾਫ਼ ਕਰ ਸਕਦੇ ਹਾਂ ਆਪਣਾ ਟੂਥ ਬਰਸ਼ ਹੁੰਦਾ ਵਾ ਕੋਈ ਬਾਧੂ ਜਿਹੜਾ ਆਪਾਂ ਯੂਜ਼ ਨਹੀਂ ਕਰਦੇ ਇਹਦੇ ਨਾਲ ਆਪਾਂ ਸਾਰਾ ਸਾਫ਼ ਕਰ ਸਕਦੇ ਆ ਬਹੁਤ ਵਧੀਆ ਹਨ ਹਨ ਚਮਕਦੇ ਹੋ ਜਾਣੇ ਆ ਟੌਪਸ ਜਿਵੇਂ ਕੋਈ ਪਿੱਤਲ ਦਾ ਭਾਂਡਾ ਵਾ ਉਹਨੂੰ ਇਦਾਂ ਇਹ ਨਾਲ ਸਾਫ਼ ਕਰ ਲਓ ਬਹੁਤ ਵਧੀਆ ਸਾਫ਼ ਹੁੰਦਾ ਵਾ ਇਹ ਪਿੱਤਲ ਦਾ ਭਾਂਡਾ ਹੁੰਦਾ ਉਹਦੇ ਵਿੱਚ ਪਾ ਕੇ ਥੋੜਾ ਰੱਖ ਦਵੋ ਉਹ ਛੇਤੀ ਸਾਫ਼ ਹੋ ਜਾਂਦਾ ਆ ਲਓ ਜੀ ਹੁਣ ਆਪਾਂ ਇਹਨਾਂ ਵਧੀਆ ਸਾਫ਼ ਨਿੱਖੜ ਗਈ ਆਪਣੀ ਚੈਨ ਹੋ ਜੀ ਇਹ ਆਪਾਂ ਇਹਦੇ ਵਿੱਚ ਸਾਫ ਪਾਣੀ ਧੋਣਾਂਗੇ ਅੰਕ ਇਸ ਸਾਫ ਪਾਣੀ ਚ ਹੋਰ ਵੀ ਕਰ ਸਕਦੇ ਆਂ ਪਹਿਲਾਂ ਆਪਾਂ ਇਹ ਚ ਕੱਢ ਲਿਆ ਅੰਕ ਥੋੜਾ ਹੋਰ ਪਾਣੀ ਆਪਾਂ ਸਾਫ ਪਾਣੀ ਪਾ ਲੈਂਦੇ ਆ ਇਹਦੇ ਵਿੱਚ ਲੋ ਜੀ ਬਿਲਕੁਲ ਸਾਫ ਹੋ ਗਿਆ ਆਪਣੀ ਕਿੰਨੀ ਚਮਕਦੀ ਹੋ ਗਈ ਐਨ ਨਾਲੇ ਆ ਟੌਪਸ ਵੀ ਕਿੰਨੇ ਚਮਕਦੇ ਹੋ ਕੇ ਇਹਨਾਂ ਬਹੁਤ ਵਧੀਆ ਕਿਉਂਕਿ ਇੱਚ ਘਟਿਆਸ ਜੀ ਹੁੰਦੀ ਐ ਨਾ ਸਾਰੀ ਨਾਲ ਤਾਂ ਐਨ ਚਮਕ ਬਣ ਜਾਂਦੀ ਐ ਨਾਲੇ ਆਪਾਂ ਕੋਈ ਇੱਚ ਕੈਮੀਕਲ ਨਹੀਂ ਯੂਜ਼ ਕੀਤਾ ਹੈਗਾ ਨੋ ਜੀ ਐਨ ਸਾਫ ਹੋ ਗਈ ਇਹਨੂੰ ਹੁਣ ਠੰਡਾ ਹੋਏ ਤੇ ਜਦੋਂ ਆਪਾਂ ਆ ਠੰਡਾ ਹੋ ਜੂਗਾ ਠੀਕ ਹੈ ਫਿਰ ਇਹ ਆਪਾਂ ਇਹਨੂੰ ਬੋਤਲ ਚ ਪਾਵਾਂਗੇ ਕਿਉਂਕਿ ਹਜੇ ਇਹ ਗਰਮ ਆ ਐ ਚ ਪਲੇਟ ਵਿੱਚ ਪਾਏ ਤਾਂ ਆਪਣਾ ਠੰਡਾ ਹੋ ਗਿਆ ਸੀ ਤਾਂ ਆਪਾਂ ਇਹਦੇ ਵਿੱਚ ਧੋ ਲਈਏ ਚੈਨ ਤੇ ਆਪਣੇ ਟੌਪਸ ਤੁਸੀਂ ਵੀ ਯੂਜ਼ ਕਰ ਸਕਦੇ ਹੋ ਐਦਾਂ ਨੀਮ ਨਿੰਬੂ ਜਿਹੜਾ ਬਾਜੇ ਦਾ ਛਿਲੜ ਵੱਜ ਜਾਂਦੇ ਆ ਐਦਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਫਿਰ ਮੇਰੇ ਤੇ ਆਪਾਂ ਕਿਸੇ ਹੋਰ ਵੀਡੀਓ ਦੇ ਨਵੀਂ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੁਣ ਬਸ ਇਹਨੂੰ ਠੰਡਾ ਹੋਈ ਤੇ ਤੁਸੀਂ ਯੂਜ਼ ਕਰ ਸਕਦੇ ਹੋ ਚਲੋ ਜੀ ਹੁਣ ਆਪਣਾ ਇਹ ਠੰਡਾ ਹੋ ਗਿਆ ਪਨੇ ਹਲਾ ਹਲਾ ਕੇ ਢੰਡਾ ਕਰ ਲਿਆ ਲੱਗਦਾ ਗਿਆ ਆਪਣਾ ਅੱਧਾ ਪੌਣਾ ਘੰਟਾ ਪਰ ਹੁਣ ਆਪਾਂ ਇਹਨੂੰ ਬੋਤਲ ਚ ਪਾਪਾਂਗੇ ਇਸੇ ਵੀ ਕੋਈ ਸ਼ੈਂਪੂ ਵਾਲੀ ਬੋਤਲ ਬਚੀ ਹੁੰਦੀ ਆ ਉਹਦੇ ਵਿੱਚ ਪਾ ਸਕਦੇ ਜੀ ਆਲੋ ਜੀ ਹੁਣ ਆਪਣਾ ਭਾਂਦੇ ਮਾਂਜ ਨਾਲ ਆਪਣੀ ਸਲਫ ਆਪਣੀ ਜਾਂ ਲਿਕੁਇਡ ਤਿਆਰ ਹੋ ਗਿਆ ਆਲੋ ਜੀ ਜਰ ਮਰਜੀ ਤੁਸੀਂ ਇਹਨੂੰ ਜੂਸ ਕਰ ਸਕਦੇ ਹੋ ਕੋਈ ਵੀ ਆਪਣੀ ਬੋਤਲ ਚ ਲੈ ਲਓ ਕੋਈ ਸ਼ੈਂਪੂ ਵਾਲੀ ਹੁੰਦੀ ਹੈ ਬੱਚਿਆਂ ਹੁੰਦੀ ਨੇ ਉਹਨਾਂ ਵਿੱਚ ਵਰਤਣ ਬਹੁਤ ਵਧੀਆ ਨਾਲ ਘਰ ਦੀ ਬਣੀ ਆ ਚੀਜ਼ ਆ ਵੀ ਆਪਾਂ ਨੂੰ ਕੋਈ ਇੱਥੇ ਕੈਮੀਕਲ ਨਹੀਂ ਹੈਗੀ ਆਪਾਂ ਵਰਤ ਸਕਦੇ ਹਾਂ ਕੋਈ ਟੂਟੀਆਂ ਧੋਣੀਆਂ ਨੇ ਜਾਂ ਆਪਣੇ ਘਰਤ ਨੂੰ ਸਾਫ ਕਰਨੇ ਆ ਤੁਸੀਂ ਵਰਤ ਸਕਦੇ ਹੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਿਓ ਫਿਰ ਮਿਲਦੇ ਆਪਾਂ ਅਗਲੀ ਕਿਸੇ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ